जी दोस्तों, हाँ जी दोस्तों, हुण आपां जिहड़ा नैक्सट करन लगे आ ना, इह ना प्रोग्राम्स कुछ हैगे आ PHP दे विच। ठीक है जी, इह जिहड़े प्रोग्राम्स हैगे ने तुसीं चला के देखणे ने। पहला हैगा सम ऑफ डिजिट्स, मतलब कि 1 4 5 9 7, पहला 1 + 4 + 5, ठीक है जी, +9 + 7, इहनां नूं असीं सम करना आ। ठीक है ना, उस तो बाद ईवन ऑड वाला आ गया अपने को। देखो इहदे विच पहले प्रोग्राम 'च कर रहे हैं सम 0 ले लिया, रिमाइंडर 0 ले लिया, असीं देखो सारे आपां डिजिट अलग अलग करी जा रहे हैं दे विच। ठीक है, करके फिर उस तो बाद एंड दे उत्ते सम कर रहे हैं आपां। ठीक है, अगला हैगा ईवन ऑड वाला। ईवन ऑड वाला मैं तुहानूं बना के दिखाना, आ देखियो, मैं एक नंबर ले लेना, डॉलर ए इक्वल्स टू, ठीक है जी, इफ डॉलर ए मॉडुलस 2 इक्वल टू 0 आ, मतलब कि जेकर 2 दे पहाड़े ते डिवाइड हो जाता पूरा पूरा, ठीक है जी, तां इको इवन आ, ठीक है जी, एल्स ऑड आ, एल्स इको ऑड, ठीक है जी। मॉडुलस दा मतलब मॉडुलस जे थानू सानू रिमाइंडर देना होंदा जी। ठीक है जी, ਤੇ ਆਪਾਂ ਹੁਣ ਦੇਖੀਏ ਦਾ ਰਿਜ਼ਲਟ ਕੀ ਆ ਰਿਹਾ ਵਾ। ਠੀਕ ਆ ਜੀ, ਮੈਂ ਸੀ ਰੀਫਰੈਸ਼ ਕੀਤਾ, ਈਵਨ ਆ ਗਿਆ ਜੀ। ਠੀਕ ਹੈ ਜੀ, ਮੈਂ ਇਸ ਨੰਬਰ ਚੇਂਜ ਕਰਦਾ, 5 4 ਦੀ ਜਗ੍ਹਾ ਤੇ 5 ਕਰ ਦਿੰਦੇ ਹਾਂ। ਦੇਖੋ ਆਡ ਹੋ ਗਿਆ ਨਾ ਇਹ, ਤਾਂ ਆਪਣੇ ਕੋਲ ਆਡ ਆ ਗਿਆ। ਤਾਂ ਇਸੇ ਤਰੀਕੇ ਨਾਲ ਨਾ ਅਸੀਂ ਜਿਹੜੇ ਵੀ ਸੀ ਚ ਲੈਂਗ ਅਸੀਂ ਪੜ੍ਹਦੇ ਹਾਂ, ਪਹਿਲਾਂ ਜਿਨ੍ਹਾਂ ਨੇ ਸੀ ਕੀਤੀ ਹੋਈ ਆ ਉਹਨਾਂ ਦੇ ਪ੍ਰੋਗਰਾਮਸ ਕੀਤੇ ਹੋਣਗੇ ਕੁਛ ਇਸ ਤਰ੍ਹਾਂ ਦੇ, ਤਾਂ ਉਹੀ ਸਾਰੇ ਪ੍ਰੋਗਰਾਮ ਨੇ। ਠੀਕ ਆ ਜੀ, ਇਹ ਲੇਕਿਨ PHP 'ਚ ਦਿਸ ਦਿੱਤੇ ਹੋਏ ਨੇ, ਇਹਨਾਂ ਨੂੰ ਅਸੀਂ ਕਰਨ ਦੀ ਕੋਸ਼ਿਸ਼ ਕਰੀਏ ਸਾਰੇ, ਤਾਂ ਇਹ ਵਾਲੇ ਪ੍ਰੋਗਰਾਮ ਆ ਜਾਣ ਤਾਂ ਸਾਨੂੰ ਸਾਰੀਆਂ ਲੈਂਗੁਏਜ ਸਿੱਖਣੀਆਂ ਆਸਾਨ ਹੋ ਜਾਂਦੀਆਂ ਨੇ। ਠੀਕ ਹੈ ਜੀ, ਇਹ 'ਚ ਫਾਰਮ ਬਣਾ ਕੇ ਵੀ ਦੱਸਿਆ ਵੀ ਫਾਰਮ ਬਣਾ ਕੇ ਅਸੀਂ ਉਹਦੀ ਵੈਲਿਊ ਸਬਮਿਟ ਕਰਨੀ ਆ, ਪ੍ਰਾਈਮ ਨੰਬਰ ਹੈਗਾ ਕਿ ਨਹੀਂ ਹੈਗਾ। ਠੀਕ ਹੈ ਨਾ, ਤਾਂ ਫਾਰਮ ਦੀ ਵੈਲਿਊ ਕਿਵੇਂ ਲੈ ਕੇ ਆਣੀ ਆ ਉਹ ਮੈਂ ਨੈਕਸਟ ਵੀਡੀਓ 'ਚ ਤੁਹਾਨੂੰ ਅਗਲੀਆਂ ਵੀਡੀਓ 'ਚ ਦੱਸ ਰਿਹਾ ਹਾਂ। ਤੁਸੀਂ ਪਹਿਲਾਂ ਸਿੰਪਲ ਪ੍ਰੋਗਰਾਮ ਜਿਹੜੇ ਤੁਹਾਨੂੰ ਸਮਝ ਆ ਰਹੇ ਆ ਉਹ ਚਲਾ ਕੇ ਦੇਖੋ। ਠੀਕ ਹੈ ਜੀ, ਥੈਂਕ ਯੂ ਵੈਰੀ ਮੱਚ, ਥੈਂਕ ਯੂ।